ओके हेलो फ्रेंड्स, वेलकम बैक। लास्ट टाइम आपां उस साइड ऊपर जाए थे ते इस वेली हुण आपां इस साइड वाल ऊपर दी जाना सीगा, बट आप बैक आ गए थे जस्ट टू चेक कि होर अपने कोई ऑब्जेक्टिव्स कंप्लीट करने वाले पेंडिंग तो नहीं है। फर्स्ट थिंग अपने को इतने क्रिप्ट दी एंट्रेंस सी जो आपां नहीं अचीव की, सर्वाइवर कैशेस सी जो आपां नहीं मिल पाई सी। आई थिंक मेरा ज़्यादा विचार तो यही है कि वापस इधर जाने की जगह पर आपां वापस ऑडियो म्यूजिक का एस एफ एक्स ने बंद किया है, बट फिर भी कटा देना है। आई थिंक भज के टाइम थोड़ा सब ज़्यादा कटता है उतना टाइम। ओके ਕਿ ਐਂਟਰੈਂਸ ਪਾਣੀ ਦੀ ਨੀਚੇ ਹੁੰਦੀ ਸੀ ਲਾਸਟ ਟਾਈਮ, ਆਈ ਥਿੰਕ ਆਪਾਂ ਦੇਖੀ ਸੀ। ਲੱਸੀ ਅਗਰ ਕੋਈ ਹੋਰ ਆਪਾਂ ਨੂੰ ਵੇ ਲੱਭਦਾ ਹੈ ਉਸਨੂੰ ਠੀਕ ਕਰਾਂਗੇ। ਕੰਪਲੀਟ ਹੈ, ਗੋਲਡ ਕਲੈਕਟ ਕੀਤਾ ਜਾ ਸਕਦਾ ਹੈ ਅਤੇ ਇਸ ਸਾਈਡ ਵੱਲ ਵੀ ਆਈ ਥਿੰਕ ਮਸ਼ਰੂਮਸ ਕਲੈਕਟ ਕੀਤਾ ਜਾ ਸਕਦਾ ਹੈ। ऑयल कलेक्ट किया जा सकता है। ये सही वाला इस तरह का जो पाया है, आई थिंक ये ओके डन। ओके क्रिप्ट दी एंट्रेंस अपने लेवल पे ही दिखाते हैं, तो अभी कर लिए जी। ਕਿਉਂਕਿ ਐਂਟਰ ਹੋਣ ਲਈ ਰਸਤਾ ਹੋ ਸਕਦਾ ਹੈ, ਬਟ ਕੋਈ ਗੱਲ ਨਹੀਂ, ਆਪਾਂ ਫਸਟ ਕਿਤੇ ਕਿਤੇ ਜਾ ਕੇ ਦੇਖਾਂਗੇ ਜੋ ਗਰਾਊਂਡ ਲੈਵਲ 'ਤੇ ਹੈ। ਵੈਲ ਥ੍ਰੀ ਮਸ਼ਰੂਮਸ, ਆਈ ਥਿੰਕ ਮਸ਼ਰੂਮ ਵਾਲਾ ਕੰਮ ਦੇਖਦੇ ਹਾਂ। ਹਾਂ ਬਣਨ ਵਾਲੇ ਸੀ, ਚਲੋ ਇਹ ਰੈਡੀ ਹੋ ਗਏ। ਦੋ ਫਾਇਰ ਵਾਲੇ ਸੀ ਅਤੇ ਪੁਆਇੰਟ ਗਲਾਸ ਵਾਲੇ ਕੰਪਲੀਟ ਹੀ ਹੈ। ਓਕੇ ਗਰੁੱਪ ਦੀ ਐਂਟਰੈਂਸ ਦਾ ਚੱਕਰ ਦਿੰਦਾ ਹੈ, ਉਹ ਇਸ ਸਾਈਡ ਵੱਲ ਦੀ ਆਪਾਂ ਨੂੰ ਸ਼ਾਇਦ ਗਰੁੱਪ ਦੀ ਐਂਟਰੈਂਸ ਮਿਲ ਜਾਏ। ਵੈਸੇ ਤੇ ਪਾਣੀ ਦੇ ਨੀਚੇ ਦੀ ਸੀ ਉਹ ਇਸ ਸਾਈਡ ਵੱਲ, ਬਟ ਉਹ ਓਬਜੈਕਟਿਵ ਅਚੀਵੇਬਲ ਨਹੀਂ ਸੀ ਲਾਸਟ ਟਾਈਮ ਜਦੋਂ ਗੱਲ ਕੀਤਾ ਸੀ ਪਾਣੀ ਦੇ ਨੀਚੇ ਵੀ। ਪਾਣੀ ਦਾ ਲੈਵਲ ਅਗਰ ਕਿਸੇ ਤਰ੍ਹਾਂ ਡਾਊਨ ਜਾ ਸਕਦਾ ਹੁੰਦਾ ਤਾਂ ਗੱਲ ਹੋਰ ਸੀ। ਹੋ ਸਕਦਾ ਹੈ ਕੁਛ ਸੈਕਿੰਡ ਸਪਰੇ ਕਰਕੇ ਦੇਖਦੇ ਹਾਂ, ਸ਼ਾਇਦ ਕੋਈ ਰਸਤਾ ਬਣ ਹੀ ਜਾਵੇ। ਨਾ ਹੀ ਬਣਦਾ ਲੱਗਾ ਓਕੇ ਡਾ ਠੀਕ ਹੈ। ਲਾਸਟ ਟਾਈਮ ਸ਼ਾਇਦ ਰਸਤਾ ਓਪਨ ਨਹੀਂ ਸੀ, ਬਟ ਇਸ ਟਾਈਮ ਇਹ ਓਪਨ ਹੈ ਐਂਡ ਆਪਾਂ ਐਂਟਰ ਹੋ ਚੁੱਕੇ ਹਾਂ। ਓਕੇ ਨਿਊਰਲ ਵੀ ਹੋਏਗਾ ਬਿਲਕੁਲ। ਵੈਲੈਂਟਾਈਨਸ, ਅ ਟਾਈਮ ਕੀਪਰ।
वैलेंटाइनस। ओके, ऑडियो में सेट करने की कोशिश कर देते हैं। 1-2 मिनट दे प्लेबैक तो कर रहा हूँ, तो मैं चेक करके आऊँगा। अगर जो वीडियो विच डायरेक्टली प्रीमियर बन जाएगा, बट थोड़े टाइम की रिकॉर्डिंग के बाद दोबारा मैं चेक कराऊंगा, शायद कुछ ऑडियो में फर्क पड़ा होगा। After the city was built, वीडियो रिकॉर्डिंग ਦੇ ਵਿੱਚ ਜੋ ਆਡੀਓ ਡਿਸਟਰਕਸ਼ਨ ਸੁਣੀ ਜਾ ਸਕਦੀ ਹੈ, ਐਕਚੁਅਲੀ ਉਹ ਗੇਮ ਟਾਈਮ ਦੇ ਤੇ ਮੈਨੂੰ ਸੁਣਨ ਦੇ ਵਿੱਚ ਨਹੀਂ ਆ ਰਹੀ ਬਿਲਕੁਲ ਵੀ। ਐਂਡ ਮਾਈਕ ਦੇ ਲਈ ਵੀ ਮੈਂ ਚੇਂਜ ਕਰਕੇ ਦੇਖਾਂਗਾ, ਅਗਰ ਮਾਈਕ ਇਸ ਦੀ ਜਗ੍ਹਾ ਤੇ ਕੋਈ ਹੋਰ ਲਗਾਇਆ ਜਾ ਸਕੇ ਕੱਲ ਨੂੰ, ਤੇ ਹੋਪ ਇਹ ਪ੍ਰੋਬਲਮ ਸੋਲਵ ਹੋ ਜਾਵੇ, ਸੋਲਵ ਹੋ ਜਾਵੇ। ਬਟ ਚਾਂਸਿਸ ਥੋੜ੍ਹਾ ਘੱਟ ਲੱਗਦੇ ਨੇ ਇਸ ਗੱਲ ਦੇ। ਵੈਲ ਕਈ ਵਾਰੀ ਸ਼ਾਰਟਕੱਟਸ ਵੀ ਕੰਮ ਆ ਜਾਂਦੇ ਆ। ਆਈ ਥਿੰਕ ਮਿਊਜ਼ਿਕ ਕਾਫੀ ਲਾਊਡ ਹੈ, ਇਸਨੂੰ ਵੀ ਥੋੜ੍ਹਾ ਜਿਹਾ ਡਾਊਨਲੋਡ ਕਰ ਲੈਂਦੇ ਹਾਂ। ਡਾਊਨ ਲਾਈਕ ਮਿਊਜ਼ਿਕ ਓਕੇ। ਜੋ ਓਬਜੈਕਟਿਵ ਅਚੀਵ ਕਰਨਾ ਸੀ ਆਪਣੇ ਸਾਹਮਣੇ ਆ, ਪਾਣੀ ਭਰਿਆ ਹੋਇਆ ਸੀਗਾ, ਮੈਪ ਅਪਡੇਟ ਵੀ ਕੀਤੇ ਹੋਏ ਆ, ਸ਼ਾਇਦ ਇੱਥੇ ਕੁਛ ਹੋਰ ਵੀ ਹੋਵੇ ਐਕਸੈਸਿਬਲ, ਬਟ ਨਹੀਂ ਹੈ। ਥੋੜ੍ਹੇ ਜਿਹੇ ਕੋਇਨਸ ਹੈਗੇ ਨੇ ਜੋ ਕਿ ਆਪਾਂ ਪਹਿਲਾਂ ਹੀ ਜਿਵੇਂ ਮੈਂ ਦੱਸਿਆ ਸੀ ਆਲਰੇਡੀ ਜੋ ਜੋ ਬਾਏ ਹੋ ਸਕਦਾ ਸੀ ਇਹਨਾਂ ਕੋਇਨਸ ਨਾਲ ਕਰ ਚੁੱਕੇ ਹਾਂ। ਲੈਟਸ ਸੀ ਕੀ ਮਿਲਦਾ ਹੈ ਇਸ ਵਾਰੀ। ਓਕੇ ਐਂਸੈਂਟ ਕੋਇਲ ਕੀ ਹੋਏਗਾ। Okay, the chosen few uncover the remainder of the checkup statistical. Okay, checkup to this area da keh sakde hain controller hai ya head hai, usse dwara kuch chupaya gaya content ho sakta hai jo ki bas se apne useful nahi hoega, kyunki agar kuch bhi hunda to inhon ne likh dena si ki tuhan kis type da objective ਇਸ ਚੀਜ਼ ਨੂੰ ਕੰਪਲੀਟ ਕਰਨ ਨਾਲ ਕਿਸ ਟਾਈਪ ਦਾ ਆਪਾਂ ਨੂੰ ਓਬਜੈਕਟ ਯੂਜ਼ਫੁੱਲ ਹੈ ਜੋ ਮਿਲਿਆ ਹੈ, ਬਟ ਕੁਛ ਨਹੀਂ ਆਇਆ ਇੱਦਾਂ ਦਾ ਸਕਰੀਨ ਦੇ ਉੱਤੇ ਲਿਖ ਕੇ। ਓਕੇ, ਇੱਕ ਚੀਜ਼ ਆਪਾਂ ਕੰਪਲੀਟ ਕਰ ਚੁੱਕੇ ਹਾਂ, ਐਕਚੁਅਲੀ ਜੋ ਨੰਬਰ ਆਫ ਟਰਮਸ ਸੀਗੇ ਜੋ ਜੀਓ ਥਰਮਲ ਵੈਲੀ ਦੇ ਵਿੱਚ ਸੀਗੇ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਕੰਪਲੀਟ ਕਰ ਲਿਆ ਸੀ।
ਐਂਡ ਵਾਪਸ ਜਾ ਕੇ ਐਕਚੁਅਲੀ ਇੱਕ ਲੇਡੀ ਸੀ, ਉਸਦੇ ਕੋਲ ਆਪਾਂ ਕੋਇਨਸ ਕਲੈਕਟ ਕਰ ਸਕਦੇ ਹਾਂ। ਬਟ ਕੋਇਨਸ ਆਈ ਥਿੰਕ ਯੂਸਫੁਲ ਨਹੀਂ ਹੋਣਗੇ ਕਿਉਂਕਿ ਆਪਾਂ ਆਲਮੋਸਟ ਜੀਰੋ ਬਾਏ ਕਰਨਾ ਸੀ ਕਰ ਚੁੱਕੇ ਹਾਂ। ਹੋ ਸਕਦਾ ਹੈ ਕੋਇਨਸ ਤੋਂ ਇਲਾਵਾ ਵੀ ਉਸਦੇ ਕੁਛ ਉਸਦੇ ਕੋਲ ਕੁਛ ਹੋਰ ਅਵੇਲੇਬਲ ਹੋਵੇ, ਜਿੱਦਾਂ ਵੈਪਨਰੀ ਜਾਂ ਵੈਪਨਸ ਦੇ ਕੋਈ ਅਲੱਗ ਤਰ੍ਹਾਂ ਦੇ ਅਪਗ੍ਰੇਡਸ, ਸੋ ਉਹ ਵੀ ਇੱਕ ਵਾਰੀ ਟਰਾਈ ਕਰ ਲਾਂਗੇ। ਅਤੇ ਇਸ ਸਾਈਡ ਵੱਲੋਂ ਮੇਜਰ ਓਬਜੈਕਟਿਵ ਜੋ ਆਪਣਾ ਸੀ ਉਹ ਇਹੀ ਸੀ ਜੋ ਅਚੀਵ ਕਰਨਾ ਸੀ। ਇਸ ਤੋਂ ਇਲਾਵਾ ਜੋ ਆਪਾਂ ਬਰਨ ਕਰਨਾ ਸੀ ਲੱਗੇ ਹੋਏ ਪੋਸਟਰਸ ਵਗੈਰਾ ਨੂੰ ਜਾਂ ਬੈਨਰਸ ਟਾਈਪ ਜੋ ਹੈਗੇ ਨੇ ਉਹਨਾਂ ਨੂੰ ਵੀ ਉਹ ਸੀਗੇ, ਬੈਨਰ ਵਾਰ ਹੈਗੇ ਆ, ਕੁਛ ਹੋਰ ਪੋਸਟਰਸ ਸੀ, ਅਤੇ ਵੈਂਡੇਲ ਜੋ ਮੂਰਤੀਆਂ ਡਿਸਟਰੋਏ ਕਰਨੀਆਂ ਨੇ ਉਹ ਪੈਂਡਿੰਗ ਨੇ ਇਸ ਏਰੀਏ ਦੇ। ਅਤੇ ਸਰਵਾਈਵਲ ਕੈਸ਼ ਆਫਕੋਰਸ ਇੱਥੋਂ ਨੀਚੇ ਦਾ ਮੈਨੂੰ ਨਹੀਂ ਮਿਲੀ ਸੀ ਕਿ ਕਿਸ ਸਾਈਡ ਵੱਲ ਦੀ ਐਕਸੈਸਿਬਲ ਹੋਏਗੀ। ਓਕੇ, ਇਸ ਸਾਈਡ ਵੱਲ ਆਪਣਾ ਓਬਜੈਕਟਿਵ ਕੋਈ ਨਹੀਂ ਹੈ ਇਸ ਸਾਈਡ ਵੱਲ, ਇਸ ਸਾਈਡ ਵੱਲ ਆਪਾਂ ਜਾਣਾ ਸੀ ਜੋ ਇਸ ਸਾਈਡ ਵੱਲ ਹੀ ਹੁਣ ਫਾਈਨਲੀ ਜਾਵਾਂਗੇ, ਬਸ ਆਈ ਥਿੰਕ 2-4 ਮਿੰਟ ਤੱਕ। ਇੱਕ ਵਾਰੀ ਮੈਂ ਇਸ ਏਰੀਆ ਦੇ ਵਿੱਚ ਅਗਰ ਕੋਈ ਹੋਰ ਚੀਜ਼ ਜੋ ਕਿ ਕੰਪਲੀਟ ਕੀਤੀ ਜਾ ਸਕੇ, ਜਿਵੇਂ ਮੂਰਤੀਆਂ ਤੋੜਨੀਆਂ ਸੀ ਜਾਂ ਕੋਈ ਸ਼ੀਟ ਵਗੈਰਾ ਲੱਗੀ ਹੋਈ ਉੱਦਾਂ ਦੀ ਕੋਈ ਚੀਜ਼ ਮਿਲ ਗਈ ਅਤੇ ਉਸਨੂੰ ਪਹਿਲਾਂ ਕੰਪਲੀਟ ਕਰਨ ਦੀ ਟਰਾਈ ਕਰਨਾ ਚਾਹਾਂਗਾ। ਕਈ ਵਾਰੀ ਕੁਝ ਹਾਈਟਸ ਤੋਂ ਜਦੋਂ ਆਪਾਂ ਦੇਖਦੇ ਹਾਂ ਤਾਂ ਚੀਜ਼ਾਂ ਈਜ਼ੀਲੀ ਵਿਜ਼ੀਬਲ ਹੋ ਜਾਂਦੀਆਂ ਨੇ, ਤਾਂ ਕਰਕੇ ਮੈਂ ਬਿਲਡਿੰਗਸ ਦੇ ਉੱਪਰ ਰਹਿ ਕੇ ਹੀ ਜ਼ਿਆਦਾ ਵਾਚ ਕਰਨ ਦੀ ਟਰਾਈ ਕਰਾਂਗਾ। ਇਸ ਸਾਈਡ ਵੱਲ ਮੈਂ ਦੇਖ ਲਈ ਹੈ ਕਿ ਇਸ ਸਾਈਡ ਵੱਲ ਹੋ ਸਕਦਾ ਹੈ ਕੁਛ ਹੋਵੇ, ਅਤੇ ਚੀਜ਼ ਕਾਫੀ ਦੂਰ ਹੈ। ਜਾਣ ਲਈ ਜੰਪ ਲਾਈ ਓਕੇ, ਲੈਟਸ ਸੀ ਇਸ ਸਾਈਡ ਵੱਲ ਕੀ ਸੀ ਜੋ ਐਸਾ ਜੋ ਇਸ ਤਰ੍ਹਾਂ ਜੰਪ ਦਬਾ ਕੇ ਲੈ ਕੇ ਆਇਆ। ਓਕੇ, ਇੱਥੇ ਵੀ ਅਚੀਵੇਬਲ ਲੱਗਦਾ ਨਹੀਂ ਕੁਛ ਵੀ ਹੈ, ਜਸਟ ਆਈ ਥਿੰਕ ਇਸ ਜਗ੍ਹਾ 'ਤੇ ਤਾਂ ਮੈਂ ਲਾਸਟ ਟਾਈਮ ਗਿਆ ਸੀਗਾ। ਬੈਲਸ ਵਗੈਰਾ ਦਾ ਜੋ ਸੈਕਸ਼ਨ ਸੀ ਉਹਦੇ ਵਿੱਚ ਇੱਕ ਪਾਰਟ ਇਸ ਏਰੀਆ ਦੇ ਵਿੱਚ ਵੀ ਸੀ, ਬਟ ਲੱਗ ਨਹੀਂ ਰਿਹਾ ਕਿ ਜੋ ਬੈਨਰ ਸੀ ਹੈਲਥ ਨੂੰ ਰਿਕਵਰ ਕੀਤਾ ਜਾ ਸਕਦਾ ਹੈ ਵੀਨਸ ਕਰਕੇ, ਬਟ ਇਸ ਗੇਮ ਦੇ ਵਿੱਚ ਮੈਂ ਦੇਖਿਆ ਬਹੁਤਾ ਯੂਜ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਅਗਰ ਲੜਕ ਤੇ ਡਿੱਗ ਵੀ ਜਾਂਦੀ ਹੈ ਜਾਂ ਕੁਛ ਵੀ ਅਗਰ ਡਰੋਪ ਹੋਣ ਕਰਕੇ ਇਹ ਡਿਸਮਾਈਜ਼ ਹੁੰਦਾ ਹੈ, ਬਟ
ਉਸ ਦੇ ਨਾਲ ਵੀ ਕੋਈ ਖਾਸ ਫਰਕ ਨਹੀਂ ਪੈਂਦਾ ਕਿ ਜਿੱਥੋਂ ਤੁਸੀਂ ਖੇਡ ਰਹੇ ਹੁੰਦੇ ਹੋ ਉੱਥੇ ਹੀ ਦੁਬਾਰਾ ਰਿਕਵਰ ਵੀ ਹੋ ਜਾਂਦਾ ਹੈ। ਇਸ ਕਰਕੇ ਗੇਮ ਦੇ ਵਿੱਚ ਸੇਵ ਕਰਨ ਦਾ ਅਲੱਗ ਤੋਂ ਜਾਂ ਕਹਿ ਸਕਦੇ ਹਾਂ ਹੈਲਥ ਪੋਰਸ਼ਨਸ ਵਗੈਰਾ ਵਾਲਾ ਜੋ ਪਾਰਟ ਬਣਾਇਆ ਜਾਂਦਾ ਹੈ ਉਹ ਇਸ ਗੇਮ ਦੇ ਵਿੱਚ ਜ਼ਿਆਦਾ ਯੂਜ਼ਫੁਲ ਨਹੀਂ ਸੀ, ਬਟ ਵਧੀਆ ਵੀ ਹੈ। ਕਈ ਵਾਰੀ ਆਪਾਂ ਕੁਝ ਚੀਜ਼ਾਂ ਦੇ ਉੱਤੇ ਧਿਆਨ ਜ਼ਿਆਦਾ ਨਹੀਂ ਦਿੰਦੇ, ਸੋ ਰਿਕਵਰ ਵਗੈਰਾ ਕਰਨ ਦਾ ਇੰਨੀ ਟੈਨਸ਼ਨ ਨਹੀਂ ਰਹਿੰਦੀ। ਇਸ ਸਾਈਡ ਵੱਲ ਤੇ ਕੁਛ ਵੀ ਅਚੀਵੇਬਲ ਨਹੀਂ ਮਿਲ ਰਿਹਾ। ਹੋ ਸਕਦਾ ਹੈ ਇਸ ਸਾਈਡ ਵੱਲ ਕੁਛ ਵੀ ਨਿਊ ਨਾ ਹੋਵੇ। ਜੋ ਨਿਊ ਸੈਕਸ਼ਨ ਜਿਸ ਨਿਊ ਏਰੀਆ ਦੇ ਵਿੱਚ ਆਪਾਂ ਹੁਣ ਜਾਣਾ ਹੈ, ਹੋ ਸਕਦਾ ਹੈ ਕਿ ਜੋ ਨੈਕਸਟ ਥਿੰਗ ਨੇ ਉਹ ਸਾਈਡ ਹੀ ਹੋਣ। ਬਟ ਆਇਲ ਦੀ ਜ਼ਰੂਰਤ ਨਹੀਂ ਹੈ ਅਜੇ ਤੱਕ, ਕੋਈ ਜਿੰਨਾ ਚਾਹੀਦਾ ਸੀ ਮਤਲਬ ਕੰਪਲੀਟ ਹੀ ਹੈ। ਚਲੋ ਇੱਕ ਵਾਰੀ ਨੈਕਸਟ ਏਰੀਆ ਦੇ ਵਿੱਚ ਚੱਲਦੇ ਹਾਂ ਜਿੱਥੇ ਕੁਛ ਨਾ ਕੁਛ ਨਿਊ ਮਿਲੇਗਾ ਹੀ ਮਿਲੇਗਾ, ਜਿੱਥੇ ਆਪਾਂ ਬਿਲਕੁਲ ਹੀ ਨਹੀਂ ਗਏ ਹਾਲੇ ਤੱਕ। ਅਤੇ ਇੱਕ ਵਾਰੀ ਸੇਵ ਕਰ ਲਈਏ। ਵੈਪਨ ਅਪਗ੍ਰੇਡਸ ਦੇ ਵਿੱਚ ਜੋ ਵੈਪਨ ਮੈਂ ਯੂਜ਼ ਕਰ ਰਿਹਾ ਐਕਚੁਅਲੀ ਉਹਨਾਂ ਵੈਪਨਸ 'ਤੇ ਕੋਈ ਅਪਗ੍ਰੇਡ ਨਹੀਂ ਨੇ, ਕੁਛ ਪੁਰਾਣੇ ਵੈਪਨ ਨੇ ਉਹਨਾਂ ਲਈ ਅਪਗ੍ਰੇਡ ਲਾਏ ਹੋਏ ਨੇ, ਬਟ ਉਹ ਆਪਾਂ ਲਈ ਯੂਜ਼ਫੁਲ ਨਹੀਂ ਹੈ। ਜਿਵੇਂ ਆਹ ਵੈਪਨ ਇਸ ਟਾਈਮ ਮਿਲਟਰੀ ਰਾਈਫਲ ਜੋ ਕਿ ਮੈਂ ਬਾਏ ਕੀਤੀ ਸੀ, ਇਸਦਾ ਇੱਕ ਅਪਗ੍ਰੇਡ ਆਇਆ ਹੋਇਆ ਹੈ, ਬਟ ਪਹਿਲਾਂ ਦੇਖਣਾ ਪਏਗਾ ਇਸਦੀ ਕੋਸਟ ਕੀ ਹੈ। ਜਿੱਦਾਂ 19C ਜੋ ਆਪਣੇ ਬੋਕਸਿਸ ਹੋਣੇ ਆਪਾਂ ਤੋੜ ਕੇ ਆਏ ਹਾਂ ਉਸ ਦੇ ਵਿੱਚੋਂ, ਐਂਡ ਸਪਰਿੰਗ ਟਾਈਪ ਹੈ ਰਿਸੋਰਸ ਲਿਸਟ ਵਿੱਚੋਂ, ਵੈਸੇ ਆਪਾਂ ਦੇਖ ਹੀ ਸਕਦੇ ਹਾਂ ਕਿ ਟੈਕਨੀਕਲ ਪਾਰਟ ਜਿਸ ਤਰ੍ਹਾਂ ਕੁਝ ਚੀਜ਼ਾਂ ਆਪਾਂ ਨੂੰ ਮਿਲਣੀ ਆਉਂਦੀ ਹੈ। ਬਸ ਰੇਟ ਆਫ ਫਾਇਰ ਵੱਧ ਜਾਏਗਾ ਪਤਾ ਨਹੀਂ ਹੈ, ਕੋਈ ਗੱਲ ਨਹੀਂ। ਵੈਸੇ ਨੋਰਮਲੀ ਆਪਾਂ ਐਰੋਜ਼ ਯੂਜ ਕਰਨੇ ਕਰੈਕਟ ਕਰੀਦਾ। ਗੇਮ ਸੇਵ ਹੋ ਚੁੱਕੀ ਹੈ ਜੋ ਬਾਈ ਡਿਫਾਲਟ ਹੋਣੀ ਹੁੰਦੀ ਹੈ ਕਿਸੇ ਵੀ ਬੇਸ ਕੈਂਪ ਉੱਤੇ ਜਾਣ ਕਰਕੇ। ਅਤੇ ਇਸ ਤੋਂ ਬਾਅਦ ਆਪਾਂ ਉਸ ਸਾਈਡ ਵੱਲ ਜਾਣਾ ਸੀ ਜੋ ਕਿ ਅੰਦਰ ਵੱਲ ਦੀ ਘੁੰਮ ਕੇ ਆਏ ਸੀ। ਉਸ ਡਰਾਈਵ ਨੂੰ ਸ਼ਾਰਟਕੱਟ ਬਣ ਜਾਵੇ ਤਕਰੀਬਨ ਕੱਟਣੀ। ਇਸ ਸਾਈਡ ਵੱਲ ਕੁਛ ਹੈ ਆਈ ਥਿੰਕ, ਦੂਰ ਹੈ। ਚਲੋ ਫਿਰ ਉੱਪਰ ਵੱਲ ਦੀ ਜਾਣਾ ਸੀ। ਲੈਟਸ ਸੀ ਅਗਰ ਆਪਾਂ ਕਿੱਧਰ ਗੇਟ ਸੀ, ਗੇਟ ਵੱਲ ਦੀ ਅਗਰ ਐਕਸੈਸ ਕਰ ਸਕੀਏ। ਵੈਲ ਗੇਟ ਵੱਲ ਦੀ ਐਕਸੈਸਿਬਲ ਹੋ ਸਕਦਾ ਹੈ ਇੱਕ ਵੀ, ਇਹਦੇ ਨਾਲ ਥੋੜ੍ਹੇ ਥੋੜ੍ਹੇ ਟ੍ਰਕਸ ਵਗੈਰਾ ਇਸ ਵਿੱਚ ਚੱਲ ਹੀ ਜਾਂਦੇ ਆ। ਇਸ ਸਾਈਡ ਵੱਲ ਦੀ ਆਈ ਥਿੰਕ ਉੱਧਰ ਉੱਪਰ ਜਾਣ ਤਾਂ ਸੀ, ਬਟ ਇਹ ਗਈ ਨਹੀਂ ਸੀ ਲਾਸਟ ਟਾਈਮ ਵੀ, ਰਿਪੇਅਰ ਕਰਕੇ ਦੁਬਾਰਾ ਦੇਖਦੇ ਹਾਂ। ਬਟ ਨਹੀਂ ਸ਼ਾਇਦ ਉੱਧਰੋਂ ਇੱਧਰ ਆਉਣ ਦਾ ਰਸਤਾ ਆ, ਇੱਧਰੋਂ ਉੱਧਰ ਜਾਣ ਦਾ ਰਸਤਾ ਨਹੀਂ ਹੈ। ਅਤੇ ਚਲੋ ਫਿਰ ਨੈਕਸਟ ਓਬਜੈਕਟਿਵ ਕਰਦੇ ਹਾਂ ਕ੍ਰਿਸ਼ ਦੀ। ਓਕੇ ਇੱਧਰ ਦੀ ਮਤਲਬ ਦਰਵਾਜ਼ਾ ਹੀ ਸੀ, ਠੀਕ ਹੈ। ਜੋ ਦਰਵਾਜ਼ਾ ਲਾਸਟ ਟਾਈਮ ਖੁੱਲ੍ਹਿਆ ਨਹੀਂ ਸੀਗਾ, ਇਹ ਡਾਇਰੈਕਟ ਜਿੱਥੇ ਆਪਾਂ ਗੇਮ ਸੇਵ ਕਰਕੇ ਆਏ ਹਾਂ ਉੱਥੇ ਜਾਂਦਾ ਸੀ। ਅਤੇ ਨੀਚੇ ਵੱਲ ਵੀ ਕੁਛ ਨਹੀਂ ਹੈ, ਸੋ ਟਰਾਈ ਕਰਨ ਦੀ ਲੋੜ ਹੀ ਨਹੀਂ ਹੈ ਕਿ ਕੁਛ ਮਿਲੇਗਾ ਜਾਂ ਨਹੀਂ। ਇਸ ਗੇਮ ਦੇ ਵਿੱਚ ਇਹ ਵੀ ਚੀਜ਼ਾਂ ਹੈ, ਤੁਸੀਂ ਜਿੱਥੋਂ ਹੀ ਲੰਘ ਰਹੇ ਹੁੰਦੇ ਹੋ
ਮੋਸਟਲੀ ਉੱਥੇ ਹੀ ਕਿਸੇ ਹੋਰ ਐਂਗਲ 'ਤੇ ਚੀਜ਼ ਨੂੰ ਲੁਕਾਇਆ ਜਾਂਦਾ ਹੈ। ਜੇ ਤੁਸੀਂ ਅਗਰ ਰੋਕੀ ਚੈੱਕ ਨਹੀਂ ਕਰਦੇ ਤਾਂ ਉਹ ਚੀਜ਼ ਅਚੀਵ ਨਹੀਂ ਕਰ ਪਾਉਂਦੇ। ਬ੍ਰੇਕਅਬਲ ਆਈਸ ਹੈ, ਉੱਧਰ ਉੱਪਰ ਆਪਾਂ ਪਹੁੰਚਣਾ ਹੈ ਜੋ ਆਪਣਾ ਓਬਜੈਕਟਿਵ ਸੀ, ਅਤੇ ਇੱਥੇ ਆ ਵੀ ਕੁਛ ਹੈ। ਚਲੋ ਕੋਈ ਗੱਲ, ਪਹਿਲਾਂ ਇੱਧਰ ਵੀ ਚੱਲਦੇ ਹਾਂ ਆਪਾਂ ਉੱਪਰ। Need to reach the top of the tower, but that ice is in the way. Okay. Which update hua hai? Let's see. The new cheech visible hui hai is jagah pe. Okay. Relic. Ek side wal matlab ek box pe aasi jo apan access nahi kar pae. Got to be a way to smash it. ਇਸਨੂੰ ਹੀ ਆਈ ਥਿੰਕ ਇਸ ਨਾਲ ਟਕਰਾਉਣਾ ਹੋਵੇ ਕਿਸ ਵਾਰ, ਤਾਂ ਇਹ ਕਰਕੇ ਦੇਖ ਲੈਂਦੇ ਹਾਂ ਚਾਹੇ ਉਹ ਇੱਦਾਂ ਹੀ ਚੱਲ ਪੈਂਦੇ। ਓਕੇ ਮੂਵ ਕਰੋ। ਓਕੇ ਓਕੇ ਇਕੱਠਾ ਕਰ ਲਿਆ ਸੀ ਮਤਲਬ, ਅਤੇ ਇਹ ਤੀਰ ਲਗਾ ਕੇ ਬਸ ਠੀਕ ਹੈ ਬਣ ਜਾਏਗੀ ਫਿਰ। ਓ ਨਹੀਂ ਓ ਨਹੀਂ, ਹੋ ਸਕਦਾ ਛੱਤ ਤੋਂ ਛਾਲ ਮਾਰ। ਚਲੋ ਦੁਬਾਰਾ ਇੱਕ ਵਾਰੀ ਤੀਰ ਲਗਾਉਂਦੇ ਹਾਂ ਇੱਥੇ, ਹੋ ਸਕਦਾ ਉੱਧਰ ਵੀ ਉੱਪਰ ਦੀ ਹੋਵੇ ਕੋਈ ਰਸਤਾ। ਚੱਲ ਕੀ ਹੋਣਾ ਤੇ ਇੱਥੋਂ ਨਹੀਂ ਚਾਹੀਦਾ ਵੀ ਗੇਟ ਕ੍ਰੈਸ਼ਰ ਟਾਈਪ ਪਹੁੰਚ ਗਿਆ ਆਪਾਂ। Something's in the way. Got to be a way to clear it. Okay, good. Check kar liya, is side wali niche tarah ka rasta se gudra paaye hain. Te abhi ye pe chal sakte hain. Te isme kya hai? ਵੀ ਆਪਣਾ ਓਬਜੈਕਟਿਵ ਸੀ ਬਰਨ ਕਰਨਾ ਸੀ ਕੰਪਲੀਟ ਕਰ। ਓਕੇ ਇਧਰੋਂ ਸਮਥਿੰਗ ਇਜ਼ ਇਨ ਦ ਵੇ, ਗਾਟ ਟੂ ਬੀ ਅ ਵੇ ਟੂ ਕਲੀਅਰ ਇਟ। ਨਾ ਵੈਲ ਆਫ ਸਾਈਡ ਵੱਲ ਉੱਪਰੋਂ ਜਾ ਕੇ ਕਰਨਾ ਪਏਗਾ ਜੀ, ਜੋ ਉੱਥੇ ਵੀ ਰੱਸੀ ਵਗੈਰਾ ਦਿਖ ਰਹੀ ਹੈ। ਮੈਂ ਤਾਂ ਥੋੜ੍ਹਾ ਲੰਬਾਈ ਲਗਾ ਦਿੱਤਾ ਸੀ ਬਟ ਚਲੋ ਵਧੀਆ। ਅਤੇ
इससे जल्दी से डेवलप हो जाएगी। I can still rotate the trebuchet. Maybe that will help me to get over there. Well. The fiance fire maybe there is. ट्रिब्यूशन यूज करके जंप करना पड़ेगा। आई थिंक ऑथर में तो लाम ठीक है। एक सिस्टम शायद काम कर रहा है। जो आ है, इसके तो चल रहा है। यूज़ दैट। जस्ट नीड टू गेट ओवर देयर समहाउ। कैसी वे चल गया। चलिए बॉक्स कर दो। बट सर्व सर्व रेडी सी तो इसके हाल से बात हो जाए। तो कभी शेयर दी साइड बदल के दे है कम करने के That worked. Now to take out that gate. Gate but still not here, but then it's not the lung. Go get it. So they will have to fix it. I think we have to reduce points. I gave it to the way they said that we both need to know how we do this. We range it on the ਉਹ ਟਰਾਈ ਕਰ ਲਓ ਮੈਂ ਕਰਨਾ ਆਈ ਥਿੰਕ ਸਿਰਫ ਉਹਨਾਂ ਹੀ ਕੰਮ ਸੀਗਾ ਓਕੇ ਗੇਟ ਨੂੰ ਤੋੜਨ ਦੇ ਕੰਮ ਆਉਣਾ ਓਕੇ ਲੈਟਸ ਐਡਿਟ ਓਕੇ ਗੇਟ ਤੋਂ ਥੋੜ੍ਹਾ ਐਂਗਲ ਪਾਸੇ ਹੀ ਹੈ ਬਟ ਹੋ ਜਾਏਗਾ ਲੱਗ ਗਿਆ Almost through. Just one more shot. ਸਹੀ ਵੱਲ ਨੂੰ ਆਪਾਂ ਨਹੀਂ ਜਾਣਾ ਬਟ ਆ ਵਿੱਚ ਪਿਆ ਹੈ ਆਈਸ ਤੇ ਹੈ ਚਲੋ ਹੁਣ ਇਸ ਸਾਈਡ ਵੱਲ ਨੂੰ ਚੱਲਦੇ ਹਾਂ ਜੋ ਅਟੈਕਰਸ ਨੇ ਉਹਨਾਂ ਦੇ ਉੱਪਰ ਜਾ ਕੇ ਨਹੀਂ ਕੀਤੇ ਓਕੇ
साइड वाले में अब मेरे लगे थे रेंज में हेडशॉट तो खत्म हो जाने चाहिए थे वैसे ਅਤੇ ਹੈਡਸ਼ਾਟ ਮਾਰ ਕੇ ਵੀ ਬਚ ਜਾਂਦੇ ਇੱਧਰ ਵੀ ਲੱਗਦਾ ਕੁਛ ਉਸੇ ਰਾਈਟ 'ਤੇ ਹੀ ਹੈ ਚਲੋ ਉੱਪਰ ਵੀ ਦੇਖ ਲੈਂਦੇ ਹਾਂ ਪ੍ਰੀਵੀਅਸ ਦੇ ਉੱਪਰ ਕੁਛ ਹੋਇਆ ਕੰਪਲੀਟ ਟੇਬਲ ਨਹੀਂ ਹੈ ਇੱਥੇ ਬਟ Can't aim with the gears frozen solid. Okay. Oh, I'm gonna need speed like that. Mm. Well. They talk about it in front of me, just like that. I think it'll be... I'd say that. I think we can do it kind of thing. Another wait. Well, it worked last time. The Mongol armies must have been completely buried in the ice before they can invade the main city. I just need to rotate the crane arm to get that weight into position. That crane looks sturdy enough. Should be able to walk out on it. The crane is working properly. It's probably blocked. The last time work table was made, it should be possible to get some kind of movement. This time we have something made. Just a minute. Okay. ਵੈਲ ਵੀਡੀਓ ਟਾਈਮ ਕਾਫੀ ਜ਼ਿਆਦਾ ਹੋ ਗਿਆ ਹੈ ਵੈਸੇ ਬੈਟਰ ਹੈ ਜੋ ਇਸ ਨੂੰ ਕੰਪਲੀਟ ਕਰਨਾ ਹੈ ਉਹ ਨੈਕਸਟ ਵੀਡੀਓ 'ਚ ਕਰਾਂਗੇ ਓਕੇ ਫਰੈਂਡਸ ਓਕੇ ਥੈਂਕ ਯੂ ਫੋਰ ਵਾਚਿੰਗ